ਲੁਧਿਆਣਾ ਵਿੱਚ ਪੈਂਦੇ ਪਿੰਡ ਇਸੜੂ ਵਿੱਚ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਇੱਕ ਨੌਜਵਾਨ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਏ। ਜਾਣਕਾਰੀ ਮੁਤਾਬਕ ਇਸੜੂ ਪਿੰਡ ਦੇ ਰਹਿਣ ਵਾਲੇ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਿੰਡ ਦੀ ਹੀ ਕਿਸੇ ਕੁੜੀ ਨਾਲ ਪ੍ਰੇਮ ਸੰਬੰਧ ਸਨ ਅਤੇ ਇੱਕ ਹਫ਼ਤਾ ਪਹਿਲਾਂ ਦੋਵੇਂ ਹੀ ਘਰੋਂ ਭੱਜ ਗਏ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਦੋਵਾਂ ਨੂੰ ਲੱਭ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਬਾਅਦ ਖੇਤਾਂ ਵਿੱਚ ਗੁਰਵਿੰਦਰ ਸਿੰਘ ਦੀ ਲਾਸ਼ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਕੁੜੀ ਦੇ ਚੱਕਰ ਚ ਇੱਥੋਂ ਮੰਜੀ ਸਾਹਿਬ ਨੂੰ ਫੜੇ ਗਏ ਜੀ, ਮੰਜੀ ਸਾਹਿਬ ਤੋਂ ਐਤਵਾਰ ਨੂੰ ਜਾਂ ਇਹਨਾਂ ਨੇ ਚੌਂਕੀ ਲਿਆਂਦਾ, ਸਰਪੰਚ ਨੇ ਇਹਨੂੰ ਰੋਟੀ ਖਿਲਾਈ ਆ ਅੰਦਰ। ਸਾਨੂੰ ਤਾਂ ਦੱਸਿਆ ਨੀ ਇਹਨਾਂ ਨੇ ਵੀ ਮੁੰਡਾ ਫੜ ਲਿਆਂਦਾ ਕਿ ਨਹੀਂ। ਇਹਨਾਂ ਨੇ ਤੜਕੇ ਉਹ 8:30 ਵਜੇ ਸਾਡੇ ਘਰੇ ਆ ਗਏ, ਕਹਿੰਦੇ ਤੁਹਾਡਾ ਮੁੰਡਾ ਇੱਕ ਤਾਂ ਕਹਿੰਦਾ ਵੀ ਧੱਕਾ ਮਾਰ ਕੇ ਭੱਜਿਆ ਜਿਹੜਾ ਮੁਨਸੀ ਦੀ, ਦੂਆ ਕਹਿੰਦਾ ਜੀ ਮੈਂ ਲੈਟਰੀਨ ਨੂੰ ਛੱਡਿਆ ਸੀ ਤਾਂ ਭੱਜਿਆ, ਇੱਕ ਕਹਿੰਦਾ ਮੈਂ ਝਾੜੂ ਮਾਰ ਨੂੰ ਛੱਡਿਆ ਸੀ ਇਹ ਤਾਂ ਭੱਜਿਆ। ਇਹਨਾਂ ਦੀ ਰਾਇ ਸੀ ਕਿ ਜੀ ਪੈਸੇ ਲੈ ਕੇ ਇਹਨਾਂ ਨੇ ਸਾਡਾ ਮੁੰਡਾ ਮਰਾ ਤਾ, ਲਾਸ਼ ਦੇਖ ਲਓ ਉਹਦੀ। ਅਸੀਂ ਇਹਨਾਂ ਦੇ ਕੁੜੀ ਵਾਲਿਆਂ ਦੇ ਪਰਿਵਾਰ ਤੇ ਸਾਰੇ ਇਲਜ਼ਾਮ ਆ ਜੀ, ਜਾਂ ਪੁਲਿਸ ਵਾਲਿਆਂ ਤੇ ਚੌਂਕੀ ਵਾਲਿਆਂ ਤੇ ਵੀ ਇਹਨਾਂ ਨੇ ਰਹਿਦੇ ਮਿਲ ਕੇ ਸਾਡਾ ਮੁੰਡਾ ਮੇਰਾ ਫਰਾ ਤਾ ਭਤੀਜਾ ਜੀ। ਉਹਦੀ ਖੇਤਾਂ ਤੋਂ ਡੈਡ ਬੋਡੀ ਮਿਲੀ ਹੈ, ਅਸੀਂ ਸਾਰੇ ਜਾਣੇ ਮੌਕੇ ਤੇ ਪਹੁੰਚੇ ਹਾਂ, ਸਾਰੇ ਹਾਲਾਤਾਂ ਨੂੰ ਚੈੱਕ ਕਰਕੇ ਗੋਲਡੀ ਦੇ ਪਰਿਵਾਰ ਦੀ ਜੋ ਵੀ ਸਟੇਟਮੈਂਟ ਹੋਏਗੀ ਸਾਰਾ ਚੈੱਕ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।